हले पाए उतो दी पानी जान डिया उसम हो गया उसम बड़ा अंतर निकलना हेड़ा चक्कर पै गए नंबर टिलो बन के कहने लगा ए चला वेखो मेरा भरा इन्हू नप के वेखो नपया जाता जे बैल आइकन दबा के वेखो थले जरा सैन आना सबसक्राइबर नप के वेखो बलॉग तुम वेख लेंगे जे कम तुम कर देनी बहुत तारी गलत गल है सो वेलो ढे मैं घने घने बलॉग तीन बजे उठ के बना डे है हर दिन लगे आ सो मेरा भरा काम करके वेखो हम जरा जैन जून होइए एक बार मूह मत होइए चार बज गए लिफाफे का भार पै गया निशान परले हाथ फड़िया लिफाफे परले पर जाइए चल गया पर बैग ये गुची जरा नहीं खुली चल मित्रा पहुंच गए गुरु महाराज दर्शन मेले करके फिर चलते हैं कितना टाइम हो गया भाई चार बजे पूरे तुर पाएंगे चार पंद्रह दे ओके चलिए मित्रा कहते तेल पवाया जाऊगा रनी दे बिच तेल फिर नहीं आप रुकते तरन 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 हो गई फिर तो भारत पेट्रोलियम लैला लैला भाई सवाल बनाई सौ लगे है निशान करनी चेक हल प्लेट आवाज होनी चाहिए मैनू नहीं नहीं सच्ची बड़ी सवाल बनाई बाबा तुम तो कल चाह ऑर्डर की पर मैं मैगी भी कराया जी चाह ना पैर मार दी हूँ कदम चुपे टांग खानी मेरे को ओके सारे राय मार देना चीयर्स सारे राय चलनियाँ मैंने मरी ना चाह डोलती सोचना बंदे एंड ने कराया लेट लेट तो कर टाइम वेलो कि आ गया हूँ ये मैंने नहीं कह सकते पाँच बज गए पाँच बजे दस मिनट तक आप निकल जाएंगे इतों उधर वे ऑर्डर कर लगा क्या मैं नहीं खानी मैं नपी के लिए आता फूका मार मार क्या डेह दूगा दू पाई प्लेट जेबी नहीं पाली मैं आप वेलो मतलब पढ़ाई जमाना नहीं चिमचे दूर रहते तू भी गलत आंजा जी मैं एक प्लेट ना क्या मैं देखी से कहो जी पर उन्हें सवाद बनाई यार चो बजने जो
ਕਮਿੰਗ ਮੈਮ ਮੈਂ ਮੈਡਮ ਬੌਸ ਬਣੀ ਦੀ ਗਿਆ ਨਾ ਮੈਂ ਅੱਜ ਖਬਰ ਦੇਖੀ ਕਹਿੰਦੇ ਮੁੰਡਿਆਂ ਨੇ ਮੈਂ ਪ੍ਰਿੰਸੀਪਲ ਹੀ ਕੁੱਟਿਆ ਡੜਾਇਆ ਉਹਨੇ ਬਰੋ ਮੈਂ ਅੱਜ ਪਤਾ ਨਹੀਂ ਗਲਤ ਕਰ ਲਿਆ ਯਾਰ ਜੇ ਆਪਣੇ ਮੈਂ ਸਕੂਲ ਵਾਲਿਆਂ ਨੂੰ ਕੁੱਟੀ ਜਾਣਗੇ ਤੇ ਫਿਰ ਕੀ ਬਣੂ ਕਦ ਨਹੀਂ ਇਹਦਾ ਕਿਹੜਾ ਤੰਗ ਕਰਦੇ ਹੋ ਗੁਰੂ ਜਵਾਕਾਂ ਨੂੰ ਤੇ ਐਵੇਂ ਥੋੜੀ ਕਿਸੇ ਨੂੰ ਕੁੱਟਦੇ ਜਾ ਕੇ ਖਾਂਦੇ ਘੱਟ ਇਧਰੇ ਪਾਸੇ ਬ੍ਰੇਕਾਂ ਮਾਰੀ ਰੇਲ ਗੱਡੀ ਦਿਖੀ ਨੀ ਉਹ ਲੈ ਗਈ ਪਿੱਛੇ ਰਹਿ ਗਈ ਉਹ ਜਾਣ ਨੂੰ ਗਿਆ ਇੱਧਰ ਆ ਮੱਝ ਇੱਧਰ ਉਹ ਆ ਗਈ ਫਿਰ ਆ ਗਈ ਚੱਲ ਲਿਖਿਆ ਨਹੀਂ ਬਈ ਨਹੀਂ ਉਹ ਵੀ ਤੁਹਾਡੀ ਮਹਿੰਗੀ ਪਰ ਨਹੀਂ ਸਾਡੀ ਜਿਹੜੀ ਮਹਿੰਗੀ ਗੱਡੀ ਸਾਡੇ ਹਿਸਾਬ ਨਾਲ ਬਾਬੂ ਚੱਲ ਹਾਂ ਕਿੱਥੇ ਆ ਪਤਾ ਕੀ ਪਿੱਛੇ ਚੱਲ ਠੀਕ ਆ ਮਿੱਤਰ ਬੰਦੇ ਲੜੇ ਜਾਂਦੇ ਆ ਚਾਹ ਤੋਂ ਦੋ ਘੰਟੇ ਜਿੱਥੇ ਆ ਗਏ ਅਜੇ ਵੀ ਉੱਥੇ ਗੱਲਾਂ ਕਰੀ ਜਾਂਦੇ ਵੇ ਕਮਾਲ ਹੈ ਪਈ ਦੱਸੋ ਛਕਣਾ ਕੀ ਹੋਣਾ ਕਰ ਜਾਂਦੇ ਉਹਨੇ ਆਪਣਾ ਕੋਈ ਮਿਲਣਾ ਟਾਈਮ ਬੜਾਇਆ ਸੱਤਵੇਂ ਤੇ ਬੰਦੇ ਡਿਮਾਂ ਉੱਠਦੇ ਆ ਨਹੀਂ ਨਹੀਂ ਤਾਂ ਮਸਾ ਹੁੰਦਾ ਲੱਭੇ ਮਿੱਤਰ ਦੱਸੋ ਕੀ ਖਾਣਾ ਉਹ ਵੀ ਖੁੱਲੀ ਮਾਰਕੀਟ ਜੀ ਯਾਰ ਸਾਡੇ ਨਾਲੇ ਖੁੱਲਦਾ ਹੁੰਦਾ ਕੋਈ ਜਾਣ ਡਿਆ ਤੇ ਆਪਾਂ ਸਾਲੇ ਕੰਮ ਕੁੰਮ ਖੋਲ ਲਈ ਕੋਈ ਨਹੀਂ ਉਹ ਪਿੱਛੇ ਖੁੱਲਾ ਚਗਾੜ ਚ ਇੱਕ ਦੂਜੇ ਪਿੰਡ ਪੈ ਜਾਂਦਾ ਇਥੋਂ ਲਾਲਾ ਸਾਹਿਬ ਤੋਂ ਆ ਝੋਨੇ ਕਿਹੜੇ ਕਿਹੜੇ ਵੱਡੇ ਵੱਟ ਕੋਈ ਨੀ ਦੇਖਣ ਦੀ ਲਾਲਾ ਸਾਹਿਬ ਦਿੱਲੇ ਪਾਸੇ ਵੇ ਕਿੰਨਾ ਨੁਕਸਾਨ ਹੋਣਾ ਏ ਇਹ ਚੀਜ਼ ਦੇ ਮੁਆਵਜ਼ੇ ਮਿਲਣੇ ਚਾਹੀਦੇ ਕਿਸਾਨਾਂ ਨੂੰ ਮੇਰੇ ਵੀਰੇ ਉਹ ਇੱਧਰ ਵੇ ਦੇਖਣ ਦਾ ਕੁਝ ਅੱਜ ਤੇ ਆਪਾਂ ਸਾਹਿਬ ਮੀਂਹ ਸਾਡੇ ਨੂੰ ਅੱਜ ਦੂਜਾ ਦਿਨ ਆ ਤੇ ਕੀ ਬਣਿਆ ਉਦੋਂ ਉਹ ਤੂੰ ਹਿਸਾਬ ਲਾ ਕੇ ਵੇ ਹੈ ਚੈੱਕ ਕਰ ਆਪਣੀ ਕੋਠੀ ਐ ਪਾਸੇ ਕੋਠੀ ਦਾ ਵਿਊ ਚੈੱਕ ਕਰ ਨਿਸ਼ਾਨ ਆ ਵੀ ਗਏ ਆਪਾਂ ਸ਼ਾਰਟਕਟ ਲੈ ਗਿਆ ਤੁਹਾਨੂੰ ਇੱਧਰ ਵੇ ਪਰ ਆਹ ਪਾਣੀ ਵਾਲਾ ਸਿਰਾ ਹੀ ਹੋ ਗਿਆ ਕਿਤੇ ਗੁਰੂ ਆਹ ਝੋਨੇ ਤੇ ਗਿਆ ਆ ਜਿਹੜਾ ਇਹ ਪਾਸੇ ਆ ਇੱਧਰਲੇ ਪਾਸੇ ਜਿਹੜੇ ਮੇਰੇ ਪਾਸੇ ਆਹ ਝੋਨੇ ਗਿਆ ਜੀ ਇਹ ਨੀ ਹੁੰਦੇ ਹੁਣ ਇਹ ਦੁਬਾਰਾ ਲਾਉਣੇ ਪੈਣੇ ਜੀ ਥਾਰ ਕਿਹਦੀ ਆਈ ਖੜੀ ਆ ਆਪਣੇ ਘਰ ਪਹਿਲਾਂ ਹੀ ਰੰਗ ਵੀ ਅਣਪਛਾਤਾ ਜਿਹਾ ਵਾ ਆਹ ਆਪਾਂ ਨੂੰ ਸੁੱਖ ਹੋਇਆ ਪਾਏ ਬਣੇਗਾ ਹਨਾ ਇਹ ਤੇ ਗੁਰੂ ਆ ਗੱਡੀਆਂ ਕਦੀ ਜਦੋਂ ਆਪਾਂ ਪਹਿਲਾਂ ਨਿਸ਼ਾਨ ਦਿੰਦੇ ਸੀ ਕੋਈ ਇਸ ਪਾਸੇ ਡੇ ਪੈਂਦੀ ਕੋਈ ਇਸ ਪਾਸੇ ਡੇ ਪੈਂਦੀ ਗੁਰੂਆ ਹੋਰ ਅੱਠ ਵਜੇ ਬਣਾਉਂਦੇ ਜਾਂਦੀਆਂ ਹੁੰਦੀਆਂ ਇਸ ਪਾਸੇ ਨੂੰ ਇੱਕ ਨਾ ਪਿਆ ਆਪਾਂ ਨੂੰ ਵੈਸੇ ਦੁਬਾਰਾ ਬਣਾਉਣਾ ਪੈਣਾ ਆਪਣਾ ਘਰ ਪੈ ਗਿਆ ਨਾ ਲਾਓ ਟੇਲ ਪੁੱਟ ਕੇ ਲਾਉਣੀ ਪੈਣੀ ਆਪਾਂ ਨੂੰ ਕਿਉਂਕਿ ਲੰਘਦੇ ਨਾ ਟਰਾਲੇ ਮਿੱਟੀ ਦੇ ਉਹਦੇ ਨਾਲ ਇਹ ਹੈ ਕਿ ਕਈ ਥਾਵਾਂ ਤੋਂ ਬਹਿ ਗਈ ਆ ਪੱਥਰ ਆਪਾਂ ਪਾਇਆ ਪਰ ਉਦੋਂ ਮਿਸਤਰੀ ਸਾਲੇ ਫੁੱਦੂ ਲੱਭੇ ਕੁੜੀ ਹੈ ਉਹਨਾਂ ਨੇ ਕਈ ਥਾਵਾਂ ਚੰਗੀ ਤਰ੍ਹਾਂ ਕੀਤਾ ਨੀ ਕੰਮ ਗੱਡੀ ਕਹਿਣੀ ਪਛਾਣੀ ਲੱਗਣ ਡੀ ਸਤਿ ਸ਼੍ਰੀ ਅਕਾਲ ਮਾਤਾ ਲੈ ਆਉਣਾ ਮੁੰਡਾ ਵੀ ਪਰਸੋਂ ਜਦੋਂ ਪਿੰਡ ਬਸ ਆਪਾਂ ਪਰਸੋਂ ਫੇਰ ਪੱਕਾ ਹੀ ਕਾਕੇ ਕਾਕੇ ਇੱਥੇ ਪਿੰਡ ਆ ਜਿਹੜਾ ਕਾਕੇ ਨੂੰ ਇਹ ਲਿਆਉਣਾ ਘਰੇ ਆ ਜਾ ਨੀ ਯਾਰ ਸਰਕਾਰੀ ਪਲੇਟ ਲੱਗੀ ਸੋਹਣੀ ਵੀ ਲੱਗਦੀ ਵੈਸੇ ਹੈ ਨਾ ਇਹਦੇ ਥਾਰ ਤੇ ਕਿੱਥੇ ਲਵਾਵਾਂਗੇ ਜੇ ਲਵਾਉਣੀ ਪਈ ਹੁਣ ਵੀ ਲਾਓ ਕਰਤੀਆਂ ਨਾ ਸਾਰਿਆਂ ਲਵਾਉਣੀਆਂ ਪੈਣੀਆਂ ਇਹਦੇ ਵੀ ਲੱਗ ਜਾਣੀ ਇੰਡਾ ਅਤੇ ਲੱਗ ਜਾਣੀ ਪਰ ਇਹ ਵੀ ਔਖੀ ਲੱਗਣੀ ਇਹਦੇ ਵਿਹਨੇ ਆ ਜਗਾੜ ਲਾ ਕੇ ਇਹ ਥੱਲੇ ਪਲੇਟ 'ਤੇ ਲਾਵਾਂਗੇ ਜੇ ਲਾਈ ਵੀ ਤਾਂ ਵੈਸੇ ਲੋੜ ਨਹੀਂ ਪੈਣੀ ਕਿਉਂਕਿ ਜਿਹੜੀ ਆਪਣੀ ਥਾਰ ਦੀ ਜਿਹੜੀ ਆ ਹੈਗੀ ਆ ਸਰਕਾਰੀ ਪਲੇਟ ਦੀ ਆਉਣੀ ਆ ਉਹ ਹਜੇ ਬੰਦ ਕੀਤੀਆਂ PB88 ਨੰਬਰ ਦੀਆਂ ਅਤੇ ਡਰਾਈਵਰ ਦਾ PB88 ਇਹਨਾਂ ਦੋਵਾਂ ਦੇ ਹਜੇ ਨਹੀਂ ਲੱਗਣੀਆਂ ਬਾਕੀ ਲਵਾ ਲਵਾਂਗੇ ਕਹਿੰਦੇ ਕੀ ਹੋ ਗਿਆ ਕਹਿੰਦੇ ਪਾਣੀ ਵੱਟੋ ਵੱਟੀ ਹੋ ਗਿਆ ਗੁਰੂ ਇੱਧਰ ਕੀ ਬਣਿਆ ਪਿਆ ਹੈ ਕੱਦੂ ਵਾਲੀ ਪੈਲੀ ਕਹਿੰਦੇ ਕੱਦ ਹੈ ਬਿਸਕੁਟ ਅੱਛਾ ਕੇ ਮੁੱਦੇ ਲਈ ਗਲਤ ਆ ਕੋਈ ਨਹੀਂ ਇੱਕ ਪੈਟ ਮੁਦਲੀ ਇਹ 'ਚ ਪਾਇਆ ਵੇ ਇੱਧਰ ਟੈਨਸ਼ਨ ਵਾਲੇ ਬਿਸਕੁਟ ਨਹੀਂ ਮੁੱਕਦੇ ਪਾਰਲੇ ਜੀ ਇੱਥੇ ਘੁੰਮਾਉਣੀਆਂ ਗੱਡੀਆਂ ਮੈਂ ਤਾਂ ਹੀ ਵੀਰਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਜਾਨ ਮੇਰੀ ਉਹ ਤੁਸੀਂ ਟੈਨਸ਼ਨ ਲਓ ਆਹ ਹੀ ਅੱਧਾ ਗੱਲਾਂ ਨਾ ਇਸੇ ਕੰਮ ਨੂੰ ਵਿਹਲਾ ਰੱਖਿਆ ਵਾ ਹੁਣ ਇੰਨਾ ਮੀਂਹ ਪੈ ਗਿਆ ਤੁਹਾਨੂੰ ਦੱਸੋ ਕਿੱਥੇ ਘੁੰਮਾਈਆਂ ਗੱਡੀਆਂ ਡੱਡੂ ਵੀ ਲਾਉਂਦੇ ਆਹ ਵੇਖ ਆਉਂਦੀ ਆਵਾਜ਼ ਡੱਡੂ ਭੈਣ ਧੂਆ ਪੱਟਣ ਡਿਆ
ਆਉਣੀ ਆ ਸਾਡੇ ਲਈ ਸਾਹ ਛਾਰੋ ਸੋਈ ਵਾਲੀ ਤੇ ਜਾਰੀ ਜਾਣੀ ਪਿਆ ਦੀ ਸੁਸਾ ਜਿਆਦਾ ਖਾ ਗਈ ਮੈਂ ਕਹਿੰਦਾ ਸਾਰੇ ਤੁਹਾਨੂੰ ਗੁੰਡਾ ਲੱਗ ਗਿਆ ਇਹਦੇ ਉੱਤੇ ਨਾ ਟੇਬਲ ਜਾਂ ਲੱਗ ਸਲੈਬ ਲੱਗ ਕੇ ਘਰੇ ਘਰੇ ਆਵਾ ਦਿੱਤੋ ਦੋ ਹੁਣ ਆਪਸ਼ਨ ਆਪਣੇ ਕੋਲ ਇੱਕ ਤੇ ਜਿਹੜਾ ਵਿਚਕਾਰ ਲਾ ਕੇ ਸਲੈਬ ਇੱਕ ਉਹ ਆ ਤੇ ਕਿਹੜੀ ਦੂਜੀ ਆ ਦੋ ਦੋਵਾਂ ਚ ਵੇਖਿਆ ਕਿਹੜੀ ਬਣਾਉਣੀ ਹੈ ਇਹ ਹੁਣ ਸਲਾਹ ਕਰਾਂਗੇ ਇੱਥੋਂ ਤੱਕ ਬਣਨੀ ਹੈ ਇੱਥੋਂ ਤੱਕ ਹੋਣੀ ਰਸੋਈ ਆ ਇੱਥੋਂ ਤੱਕ ਲਾਲਾ ਸਾਹਿਬ ਸਾਰੀ ਰਸੋਈ ਆ ਪਹਿਲਾਂ ਰਸੋਈ ਚ ਏਸੀ ਨੀ ਹੈਗੇ ਰਸੋਈ ਚ ਵੀ ਏਸੀ ਕਰਾਤੇ ਹੁਣ ਪਹਿਲਾਂ ਝਰੀਆਂ ਮਾਰਦੇ ਏਸੀ ਵਾਲਾ ਮੁੰਡਾ ਆਇਆ ਰਸੋਈ ਚ ਵੀ ਏਸੀ ਕਰਾਤੇ ਹਾਂ ਇਹਦੇ ਵਿੱਚ ਵੀ ਹਾਵੀ ਜਿਹੜੀ ਪਰਲੀ ਹਾਵੀ ਹਾਵੀ ਰਸੋਈ ਤੇਰੇ ਪਰਲੇ ਪਾਸੇ ਜਿਹੜੀ ਆਹ ਉੱਪਰ ਦੀ ਰਸੋਈ ਇਹ ਸਾਰਾ ਹਾਲ ਇੱਥੇ ਆਪਾਂ ਉਹ ਟੇਬਲ ਨੀ ਹੁੰਦਾ ਖੇਡਣ ਵਾਲਾ ਬੋਲਾਂ ਜੀ ਵਾਲਾ ਉਹ ਲਾਵਾਂਗੇ ਉਹ ਨੁੱਕਰ ਹਾਂ ਕੀ ਸਕੂਚਰ ਕੀ ਹੁੰਦਾ ਉਹ ਸਨੂਕਰ ਉੱਤੇ ਦੀਆਂ ਬਾਲਕੋਨੀ ਤੇਰਾ ਧਿਆਨ ਆ ਧਿਆਨ ਬਾਲਕੋਨੀ ਸਿੱਧੀ ਥੱਲੇ ਜਾਣੀ ਹੁਣੇ ਠੀਕ ਹੈ ਨਾ ਪੂਰੀ ਫੀਲਿੰਗ ਲੈਣ ਲਓ ਇੱਥੋਂ ਓਕੇ ਹੈ ਮੋਟਰ ਵੀ ਸਜਣਾ ਦਿਖਣ ਦਈ ਫਿਰ ਤੇ ਹੋਰ ਆ ਹੋਏ ਉਹ ਆ ਜਿੱਥੇ ਤੁਸੀਂ ਵੀਡੀਓ ਬਣਾਉਂਦੇ ਨਾ ਉਹ ਕਿੱਥੇ ਜੇ ਪੈਸਾ ਮੰਗ ਆਜੋ ਇਹ ਹੀ ਪਿੰਡ ਹੈ ਇਹ ਮਿੱਤਰਾ ਮੁੰਡੇ ਉਹ ਵਿਊ ਵੇਖਣ ਦੇ ਜਿਹੜਾ ਕੋਠੀ ਪੈਣ ਤੋਂ ਬਾਅਦ ਦੇਖਣਾ ਹੈ ਹੈ ਰਾ ਸ਼ੈਡ ਜਿਹੜਾ ਆਪਣਾ ਹੋਰ ਕੇ ਪਾਸੇ ਚੱਲ ਜਾਣਾ ਵੇ ਸਰਪ੍ਰਾਈਜ਼ ਹੀ ਆਪਾਂ ਇਹੋ ਵਲੌਗ ਫਿਰ ਵੇਖਾਂਗੇ ਪਿੱਛੇ ਜਾ ਕੇ ਕਿ ਆਪਾਂ ਵਲੌਗ ਪਾਇਆ ਸੀ ਤੇ ਹੁਣ ਆਪਣੀਆਂ ਗੱਡੀਆਂ ਇੱਥੇ ਲੱਗੀਆਂ ਹੋਣਗੀਆਂ ਦੱਸਦੇ ਪਹਿਲਾਂ ਦੱਸਦੇ ਕਿੱਥੇ ਲੱਗੀਆਂ ਹੋਣਗੀਆਂ ਇਹ ਮਤਲਬ ਆਪਣਾ ਉੱਥੇ ਪਿਆ ਹੋਊਗਾ ਨਕਸ਼ਾ ਦੱਸ ਤੈਨੂੰ ਕਿਦਾਂ ਲੱਗਾ ਨਕਸ਼ਾ ਬਹੁਤ ਲਾਲਾ ਲਾਲਾ ਐਂਡ ਪੂਰਾ ਐਂਡ ਆਈ ਮਿੱਤਰੋ ਬਾਏ ਬਾਏ ਮਿਲਦੇ ਆ ਬ੍ਰੇਕ ਤੋਂ ਬਾਅਦ ਆਪਾਂ ਵੀ ਦੋ ਚਾਰ ਕੰਮ ਕਰ ਲਈਏ ਹੁਣ ਸਤਿ ਸ੍ਰੀ ਅਕਾਲ ਠੀਕ ਠਾਕ ਹੈ ਸੁਸਤੀ ਪਈ ਭੈਣ ਜੀ ਟਾਈਮ ਇਹਨੂੰ ਕਿੰਨਾ ਆ ਗਿਆ 8 ਵੱਜ ਗਏ ਜੇ ਮੈਂ ਨਾ ਆਉਂਦਾ ਤਾਂ ਜੇ ਨਹੀਂ ਉੱਠਣਾ ਸੀ ਹੈਂ ਕੁੱਤੇ ਨੂੰ ਖੜਨਾ ਪੈਂਦਾ ਹੁਣ ਕਿ ਕਿੱਦਾਂ ਅੱਜ ਅੱਛਾ ਜਿਹਦੀ ਇਨਫੈਕਸ਼ਨ ਹੈਗੀ ਅੰਦਰ ਦਾ ਮਤਲਬ ਹੈ ਨਾ ਨਹੀਂ ਚੱਲ ਕੋਈ ਨਹੀਂ ਲੈ ਜਾਓ ਥੋੜ੍ਹੇ ਦਿਨ ਤੇਰਾ ਪਲਾ ਜੇ ਤੇਰਾ ਆਵਾਜ਼ ਮਾਰ ਲੈਣੀ ਕਿਸੇ ਨੂੰ ਗੁਰੂਆ ਕੰਮ ਗਰਮੀ ਗਰਮੀ ਚੱਲਣ ਡਿਆ ਹੈਂ ਦੱਸਦਾ ਨਹੀਂ ਸਿੱਧਾ ਚੱਲ ਜਾਂਦਾ ਭਾਵੇਂ ਅੱਗੇ ਨਿਸ਼ਾਨ ਡੇ ਪੇ ਲੱਗਾ ਗੁਰੂਆ ਪਰਲੇ ਪਾਸੇ ਬਲ ਕੋਲ ਨਹੀਂ ਵੇਖਣਾ ਪੈਰ ਤੇ ਲੱਗਿਆ ਰੋੜੇ ਜੇ ਤਾਂ ਸਾਲਾ ਟਾਣੇ ਕੱਚੇ ਹੁੰਦੇ ਜਾਮਣ ਤੋਂ ਪਹਿਲਾਂ ਤੂੰ ਥੱਲੇ ਲੈ ਵੀ ਮਿੱਤਰਾ ਪਾਣੀ ਵਾਲੀਆਂ ਦੇ ਕੰਨ ਨੂੰ ਗੱਲਾਂ ਹੀ ਆ ਪਈਆਂ ਹੈ ਉਹ ਪਿਆ ਵੀ ਸਾਰਾ ਡੁੱਬਾ ਪਿਆ ਪਾਣੀ ਦੇ ਨਾਲ ਤਾਂ ਹੀ ਅਸੀਂ ਥਾਰ ਲੈ ਕੇ ਆਏ ਚਾਚਾ ਜੀ ਘਰ ਆਏ ਚਾਚਾ ਜੀ ਘਰ ਦਾਦੀ ਨੂੰ ਲੈ ਕੇ ਆਏ ਦਾਦੀ ਕਹਿੰਦੀ ਮੈਂ ਜਿਹੜਾ ਚਾਚਾ ਜੀ ਘਰ ਅਤੇ ਮੇਰੇ ਨਾਲ ਚੱਲ ਅਤੇ ਆਪਾਂ ਬੈਠੇ ਬਾਹਰ ਅਤੇ ਮੈਂ ਨਾ ਭਰਾਵਾਂ ਦੇ ਕਮੈਂਟ ਪੜ੍ਹਨ ਦਿਆਂ ਇੱਥੇ ਬੈਠਾ ਇੱਕ ਬਾਈ ਦਾ ਕਮੈਂਟ ਆਇਆ ਸਵਾਲ ਹੀ ਹੁੰਦੇ ਕਮੈਂਟ ਮੇਰੇ ਵਾਸਤੇ ਬਾਈ ਦਾ ਕਮੈਂਟ ਹੈ ਬਾਈ ਕਹਿੰਦਾ ਕਿ ਯਾਰ ਜਦੋਂ ਆਪਾਂ ਜਿੰਮ ਲਾਉਂਦੇ ਹਾਂ ਆਪਾਂ ਸਪਲੀਮੈਂਟ ਲੈਂਦੇ ਹਾਂ ਅਤੇ ਸਪਲੀਮੈਂਟ ਜਦੋਂ ਆਪਾਂ ਲੈਂਦੇ ਹਾਂ ਤਾਂ ਜਿੰਮ ਲਾਉਂਦੇ ਹਾਂ ਤਾਂ ਆਪਣਾ ਸਰੀਰ ਬਣ ਜਾਂਦਾ ਜਦੋਂ ਆਪਾਂ ਸਪਲੀਮੈਂਟ ਛੱਡ ਦਿੰਦੇ ਹਾਂ ਤਾਂ ਫਿਰ ਆਪਣਾ ਸਰੀਰ ਕੱਟੂਗਾ ਕਿ ਜਾਂ ਉੱਥੇ ਹੀ ਰਹੂਗਾ ਜਾਣ ਮੇਰੀ ਕੋਈ ਵੀ ਚੀਜ਼ ਆ ਰੋਟੀ ਤੁਸੀਂ ਖਾਂਦੇ ਰੋਜ਼ ਰੋਟੀ ਨਹੀਂ ਖਾਓਗੇ ਤਾਂ ਫਿਰ ਤੁਸੀਂ ਆਪੇ ਸੋਚ ਕੇ ਖੋ ਸਰੀਰ ਰੋਟੀ ਤੋਂ ਬਿਨਾਂ ਕਿਹੋ ਜਿਹਾ ਹੋ ਜਾਂਦਾ ਇੱਦਾਂ ਹੀ ਸਪਲੀਮੈਂਟ ਆ ਜੇ ਤੁਸੀਂ ਉਹਨੂੰ ਐਡ ਕਰ ਲਿਆ ਆਪਣੀ ਡੇਲੀ ਰੂਟੀਨ ਦੇ ਵਿੱਚ ਡਾਇਟ ਦੇ ਵਿੱਚ ਐਡ ਕਰ ਲਿਆ ਤਾਂ ਉਹ ਤੁਹਾਨੂੰ ਖਾਣਾ ਹੀ ਪੈਣਾ ਬਾਅਦ 'ਚੋਂ ਕੋਈ ਵੀ ਚੀਜ਼ ਆਪਾਂ ਜੇ ਡੇਲੀ ਰੂਟੀਨ 'ਚ ਕਰਦੇ ਹਾਂ ਜਦੋਂ ਉਹਨੂੰ ਆਪਾਂ ਛੱਡਾਂਗੇ ਤਾਂ ਉਹ ਡਾਊਨ 'ਤੇ ਬੰਦਾ ਜਾਂਦਾ ਨਾ ਕੋਈ ਵੀ ਤੁਸੀਂ ਮੰਨ ਲਓ ਰੋਜ਼ ਦਹੀਂ ਖਾਂਦੇ ਦਹੀਂ ਦੇ ਕਿੰਨੇ ਫਾਇਦੇ ਆ ਜੇ ਨਾ ਖਾਓਗੇ ਤਾਂ ਉਹ ਫਾਇਦੇ ਆਪਣੇ ਮਿਲਣੇ ਥੋੜ੍ਹੀ ਆ ਇੱਦਾਂ ਹੀ ਸਪਲੀਮੈਂਟ ਆ ਉਹਦੇ ਜਿਹੜੇ ਆਪਣੇ ਫਾਇਦੇ ਆਪਾਂ ਲੈਣ ਡੇ ਜੇ ਉਹ ਆਪਾਂ ਨਹੀਂ ਖਾਵਾਂਗੇ ਆਪਾਂ ਨੂੰ ਫਾਇਦੇ ਮਿਲਣੋਂ ਹਟ ਜਾਣੇ ਤਾਂ ਆਪਣਾ ਸਰੀਰ ਡਾਊਨ ਜਾਣਾ ਸ਼ੁਰੂ ਹੋ ਜਾਣਾ ਸੋ ਇਸ ਕਰਕੇ ਸਪਲੀਮੈਂਟ ਵੀ ਉਹ ਲਓ ਜਿਹੜੇ ਆਪਾਂ ਲੰਮਾ ਟਾਈਮ ਲੈ ਸਕਦੇ ਹਾਂ ਕਿ 2-4 ਮਹੀਨੇ ਮਹਿੰਗੇ ਮਹਿੰਗੇ ਡੱਬੇ ਖਾ ਲਏ ਬਾਅਦ 'ਚੋਂ ਨਾ ਸਾਲੇ ਪੈਸੇ ਹੁੰਦੇ ਮੇਰੇ ਨੂੰ ਠੀਕ ਹੈ ਨਾ ਡੱਬੇ ਲੈ ਜਾਂਦੇ ਨਾ ਡੱਬੇ ਲੈਣ ਦਾ ਟਾਈਮ ਨਹੀਂ ਲੱਗਦਾ ਨਾ ਖਾਣ ਦਾ ਟਾਈਮ ਲੱਗਦਾ ਬਾਅਦ 'ਚੋਂ ਜੇ ਉਦੋਂ ਅਸੀਂ ਘਰ ਪਾਉਂਦੇ ਹਾਂ ਤਾਂ ਮੈਂ ਇੰਨਾ ਜ਼ਿਆਦਾ ਬਿਜ਼ੀ ਉਦੋਂ ਦਾ ਕਿ ਮੇਰਾ ਜਿੰਮ ਵੀ ਛੁੱਟ ਗਿਆ ਤਕਰੀਬਨ ਹੁਣ ਫਿਰ ਮੈਂ ਪਿਛਲੇ ਹਫ਼ਤੇ ਆਪਣੀ ਰੂਟੀਨ ਸੈੱਟ ਕੀਤੀ ਜਿੰਮ ਦੀ ਫਿਰ ਵੀ ਵਿੱਚੋਂ ਹਫ਼ਤੇ 'ਚ ਦੋ ਦਿਨ ਮਿਸ ਹੋਣ ਹੀ ਰਹੇ ਆ ਇੱਕ ਦਿਨ ਛੁੱਟੀ ਆ ਜਾਂਦੀ ਦੋ ਦਿਨ ਵੈਸੇ ਮਿਸ ਹੋ ਜਾਂਦੇ ਆ ਹੈ ਨਾ ਸੋ ਸਪਲੀਮੈਂਟ ਵੀ ਉਸ ਹਿਸਾਬ ਨਾਲ ਲਓਗੇ ਜਿਹੜਾ ਤੁਸੀਂ ਲੰਮਾ ਟਾਈਮ ਲੈ ਸਕੋ ਅਤੇ ਤਕਰੀਬਨ ਜ਼ਿਆਦਾ ਜਿਹੜੀ ਆਪਣੀ ਡਾਇਟ ਆ ਉਹ ਆਪਣੀ ਡੇਲੀ ਰੂਟੀਨ ਵਾਲੀ ਚੀਜ਼ਾਂ 'ਚ ਪੂਰੀ ਕਰੋ ਜਿੱਦਾਂ ਆਪਾਂ ਘਰੇ ਹੁਣ ਮੈਂ ਤਾਂ ਅੰਡਾ ਮੀਟ ਵੀ ਛੱਡ ਕੇ ਲਾ ਲਓ ਸਾਹਿਬ ਤੁਸੀਂ ਮੈਂ ਆਪਣੇ ਉਹ 'ਚ ਪਨੀਰ ਜ਼ਿਆਦਾ ਖਾ ਲੈਂਦਾ ਹੈ ਨਾ ਅਤੇ ਇੱਕ ਮੈਸ਼ ਪੋਟੈਟੋ ਹੁੰਦਾ ਵਾ ਉਹ ਆਪਣੇ ਉੱਥੋਂ ਕੈਫੇ 'ਚੋਂ ਮਿਲਦਾ ਉਹ ਖਾ ਲਈਦਾ ਵਾ ਅਤੇ ਸ਼ੇਕ ਬਣਾ ਕੇ ਪੀ ਲਈਦਾ ਪ੍ਰੋਟੀਨ ਨਹੀਂ ਪਾਈਦਾ ਪ੍ਰੋਟੀਨ ਦੇ ਬਿਨਾਂ ਵੀ ਪ੍ਰੋਟੀਨ ਸ਼ੇਕ ਬਣ ਜਾਂਦਾ ਉਹ ਚੀਜ਼ਾਂ ਵਿੱਚ ਐਡ ਕਰ ਲਈਦੀਆਂ ਵਾ ਅਤੇ
ਹੁਣ ਜਦੋਂ ਘਰ ਆਇਆ ਨਾ ਦੋ ਚਾਰ ਦਿਨ ਤੱਕ ਅੱਜ ਫਿਰ ਚੰਡੀਗੜ੍ਹ ਵਾਪਸ ਚਲ ਜਾਣਾ ਮੈਂ ਮੈਨੂੰ ਦੋ ਦਿਨ ਦਾ ਕੰਮ ਉੱਥੇ ਹੋਰ ਇੱਕ ਆਪਣੀ ਥਾਰ ਤਿਆਰ ਹੋਣ ਡਈ ਆ ਉਹ ਉੱਥੋਂ ਵਾਪਸ ਲੈ ਕੇ ਆਉਣੀ ਆ ਅਤੇ ਇੱਕ ਨਿਸ਼ਾਨ ਦੇ ਘਰ ਪ੍ਰੋਗਰਾਮ ਆ ਉਹ ਪ੍ਰੋਗਰਾਮ ਭੁਗਤਾ ਕੇ ਉਹ ਤੋਂ ਬਾਅਦ ਫਿਰ ਆਪਾਂ ਕੱਦੂ ਵਾਲੇ ਬਲੋਗਾਂ ਵਾਲੇ ਦੁਆਲੇ ਹੋਵਾਂਗੇ ਕਿਉਂਕਿ ਕੱਦੂ ਵਾਲੇ ਬਲੋਗ ਹਜੇ ਬੰਨੇ ਨਹੀਂ ਪਾਣੀ ਪੈਲੀਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਆ ਪਿਆ ਗੱਡੀਆਂ ਵਿੱਚ ਚਲਾਉਂਦਾ ਮਜ਼ਾ ਨਹੀਂ ਆਉਣਾ ਹੈ ਨਾ ਅਤੇ ਪਾਣੀ ਸੁੱਕਣ ਦੀ ਕੋਈ ਸੰਭਾਵਨਾ ਨਹੀਂ ਇੱਕ ਹਫ਼ਤਾ ਮੀਂਹ ਦਾ ਫਿਰ ਜੇ ਮੀਂਹ ਪੈ ਗਿਆ ਫਿਰ ਤਾਂ ਜਮ੍ਹਾਂ ਨਹੀਂ ਸੁੱਕਦਾ ਪਿੱਛੋਂ ਪਾਣੀ ਚੜ੍ਹਦਾ ਆਉਣ ਡਿਆ ਗਾੜੀ ਹੁਣ ਆਪਣੇ ਜਿਹੜੀ ਪੁਲੀਆਂ ਹੁੰਦੀਆਂ ਕਈ ਖੋਲਣ ਦੇਣ ਨਹੀਂ ਡਏ ਉਹ ਪਾਣੀ ਬਲੋਕ ਹੋਈ ਜਾਣ ਡਿਆ ਵਾ ਉਹਦਾ ਕਿ ਗੱਡੀਆਂ ਭਜਾਉਣ ਦਾ ਵਿੱਚ ਮਜ਼ਾ ਜਿਹਾ ਨਹੀਂ ਆਉਣਾ ਕੋਈ ਨਹੀਂ ਜਿੱਥੇ ਤੁਸੀਂ ਇੰਨਾ ਟਾਈਮ ਵੇਟ ਕੀਤੀ ਆ ਇੱਕ ਹਫ਼ਤਾ ਹੋਰ ਵੇਟ ਕਰ ਲਓ ਜਾਣ ਮੇਰੀਏ ਅਤੇ ਫਿਰ ਆਪਾਂ ਖਿੱਚਾਂਗੇ ਕੰਮ ਚੱਲ ਵੀ ਮਿੱਤਰਾ ਪਾਣੀ ਵਿੱਚੋਂ ਦੀ ਜਾਊਗੀ ਆਹ ਫਾਇਦਾ ਜੇ 4x4 ਗੱਡੀਆਂ ਦਾ ਜੇ ਪੈਰ ਥੱਲੇ ਉੱਤਰ ਵੀ ਗਈ ਨਾ ਤਾਂ ਇਹਨੇ ਰਾਣੀਆਂ ਨਿਕਲ ਜਾਣਾ ਜੀ ਬਾਕੀ ਲੀਆਂ ਬਣੀਆਂ ਨਿਕਲਣ ਦੇ ਚਾਂਸ ਨਹੀਂ ਆ ਪਏ ਥੱਲੇ ਪਏ ਜਿੱਥੇ ਰਹੂਗੀ ਇਹ ਜੇ ਪੈਰ ਥੱਲੇ ਨਿਕਲ ਵੀ ਗਈ ਸਾਈਡ ਨੂੰ ਮਤਲਬ ਕਿ ਜੇ ਤੁਹਾਡੀ ਕਈ ਵੀ ਜਿਹੜੇ ਹਿੰਦੀ ਵਾਲੇ ਫਿਸਲ ਵੀ ਗਈ ਜੇ ਪਏ ਥੱਲੇ ਫਿਸਲ ਵੀ ਗਈ ਇਹ ਨਿਕਲ ਜਾਣਾ ਕਿਉਂਕਿ ਇਹ 4x4 ਆ ਰਾਣੀ ਹੈ ਚੈੱਕ ਕਰੋ ਕਿੰਨਾ ਮੀਂਹ ਪਿਆ ਉਹ ਤੁਸੀਂ ਲਾ ਲਓ ਹਿਸਾਬ ਇਹ ਪਾਣੀ ਹਜੇ ਸੁੱਕਣ ਦੇ ਚਾਂਸ ਹੈ ਨਹੀਂ ਹਫ਼ਤਾ ਇੱਕ ਹਲੇ ਪਏ ਉੱਤੋਂ ਦੀ ਪਾਣੀ ਜਾਣ ਡਿਆ ਅਤੇ ਪਿੱਛੋਂ ਪਾਣੀ ਆਈ ਜਾਣ ਡਿਆ ਜਿਹੜਾ ਜਿਹੜਾ ਪਿੱਛੋਂ ਪਾਣੀ ਆਉਣਾ ਬੰਦ ਨਹੀਂ ਹੁੰਦਾ ਅਤੇ ਪਏ ਉੱਤੋਂ ਦੀ ਇਹ ਜਾਣਾ ਬੰਦ ਨਹੀਂ ਹੋਣਾ ਚਿਰ ਹੈ ਨਾ ਸੋ ਆਪਾਂ ਨੂੰ ਵੇਟ ਕਰਨੀ ਪੈਣੀ ਕੱਦੂ ਵਾਲੇ ਬਲੋਗਾਂ ਲਈ ਵੀ ਮਤਰਾ ਇੱਧਰ ਹੀ ਕੰਮ ਪਾਣੀ ਪਾਣੀ ਜੇ ਹੈ ਬਸ ਵੇਟ ਹੀ ਕਰਨੇ ਪੈਣੇ ਤੁਹਾਨੂੰ ਵੇਟ ਹੀ ਕਰਨੇ ਪੈਣੇ ਅਸੀਂ ਤਾਂ ਪਿਆ ਚੌੜਾ ਕਰਨਾ ਸੀ ਲਾਲੋ ਸਾਹਿਬ ਅਤੇ ਪਾਣੀ ਦੇ ਚੱਕਰ 'ਤੇ ਪਿਆ ਚੌੜਾ ਨਹੀਂ ਆਇਆ ਹੁਣ ਝੋਨੇ ਪੱਕਣਗੇ ਅਤੇ ਫਿਰ ਜਾ ਕੇ ਪਿਆ ਚੌੜਾ ਹੋਣਾ ਜੀ ਲਾਲੋ ਸਾਹਿਬ ਦੇ ਮੈਚ ਪੈ ਗਿਆ ਜੀ ਮੈਚ 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 ਪਿਆ ਹੁਣ ਵੇਖੀ ਚਾਰ 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 ਪੈਂਥਰ ਮੇਰੇ ਸਾਰਾ ਚੰਗੀ ਤਰ੍ਹਾਂ ਸਹੀ ਵੀ ਨਹੀਂ ਆਇਆ ਤੂੰ ਤੇਰਾ ਭਲਾ ਜੇ ਤੇਰਾ ਖੁੱਲ੍ਹਾ ਛੱਡੀ ਗਿਆ ਪਿੰਜਰਾ ਪਿੰਜਰਾ ਖੁੱਲ੍ਹਾ ਹਾਂ ਪੈਂਥਰ ਪੈਂਥਰ ਪੁੱਤ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਹੈ ਹੈਂ ਤੰਗ ਕਰਦਾ ਤੈਨੂੰ ਇਹ ਟਿਚਰਾਂ ਕਰਦਾ ਤੈਨੂੰ ਮਿੱਤਰਾ ਕਹਿੰਦੇ ਕੀ ਆ ਗਿਆ ਕਹਿੰਦੇ ਚਾਹੀ ਤੇ ਗੁਰੀਵੀਰ ਚਾਹ ਚਾਹੀ ਹੋ ਗਿਆ ਕੰਮ ਬੜੇ ਦਿਨ ਹੋ ਗਏ ਸਰਪੰਚ ਥਾਈ ਚਾਹ ਨਹੀਂ ਪੀਤੀ ਹੁਣ ਇਹ ਨਹੀਂ ਪਤਾ ਬਣਾਈ ਗੁਰੀਵੀਰ ਨੇ ਕਿ ਸਰਪੰਚ ਨੇ ਨਾਲ ਦੇਸੀ ਘਿਓ ਦੇ ਬਿਸਕੁਟ ਮੇਰੇ ਵੀਰੋ ਹਾਂ ਪੈਂਥਰੂ ਮੈਂ ਪੁੱਤ ਹੋ ਗਿਆ ਸਹੀ ਧੌਣ ਸੀ ਕਰ ਗਿਆ ਮਾਮਾ ਹੈ ਕੀ ਉਹਦਾ ਡੇਟਰ ਧੌਣ ਸੀ ਜੂਗੀ ਮਿੱਤਰਾ ਕਹਿੰਦੇ ਕੀ ਹੋਣ ਡਿਆ ਕਹਿੰਦੇ ਕੁਛ ਨੀ ਬਸ ਵਿਹਲੇ ਖਲੋਤੇ ਆ ਬਾਹਾਂ ਕਿੰਨੇ ਕੱਛਾਂ ਲਾਈਆਂ ਤੇ ਕਿੰਨੇ ਪਿੱਛੇ ਲਾਈਆਂ ਤੇ ਕਿੰਨੇ ਤੇਉਂ ਗਾੜੀ ਲੱਗਦਾ ਕਦੀ ਸਰਪੰਚ ਦੀ ਗਾੜੀ ਕਦੀ ਆਪਣੇ ਗਾੜੀ ਦੂਰੀ ਕਰੀ ਲਓ ਮਿੱਤਰ ਗਲਤ ਗੱਲ ਨਹੀਂ ਕਰਨੀ ਕੋਈ ਮਾਸਾ ਮਜ਼ਾ ਕਰਨ ਡੇ ਆ ਗੱਲ ਏਦਾਂ ਵਾ ਕਿ ਮੌਸਮ ਹੋਇਆ ਪਿਆ ਮੌਸਮ ਪਰ ਸਾਡੇ ਕਿਸੇ ਕੰਮ ਦਾ ਨਹੀਂ ਸੋ ਹੈ ਗੁਰੀ ਬਾਰੇ ਪੁੱਛਦੇ ਜਾ ਖਲੋਤਾ ਜਾ ਲੱਗ ਕੇ ਲਿਆ ਜੇ ਤਾਂ ਕਿਸੇ ਕੰਮ ਚੁੱਕਾ ਨੀ ਜੇ ਫਿਲਹਾਲ ਲੰਗੜਾ ਘੋੜਾ ਹੋਇਆ ਪਿਆ ਜੇ ਕੋਈ ਕੰਮ ਨੀ ਕਰਨ ਕੋਈ ਕੰਮ ਨੀ ਕਰ ਸਕਦਾ ਨਾ ਇਹ ਪਪਾ ਬਹਿਣ ਜੋਗਾ ਨਾ ਇਹ ਸੌਣ ਜੋਗਾ ਨਾ ਇਹ ਖਾਣ ਜੋਗਾ ਕੁਛ ਵੀ ਲੱਕ ਲੱਕ ਜਿਹੜੀ ਇਹੋ ਜਿਹੀ ਬਿਮਾਰੀ ਆ ਨਾ ਕਿ ਲਾਲੋ ਸਾਹਿਬ ਕਿ ਸਭ ਕੁਛ ਕਰਨਾ ਔਖਾ ਹੁੰਦਾ ਵਾ ਹਨਾ ਇਹ ਜੀ ਕਿਸੇ ਨਾ ਹੋਵੇ ਇਹ ਚੰਗਾ ਬੜਾ ਸਹੀ ਹੋਇਆ ਜਿਮ ਚ ਸਟ੍ਰੈਚਿੰਗ ਕਰਾਉਂਦਾ ਮੁੰਡੇ ਕੋ ਮੈਂ ਸਹੀ ਗੱਲ ਦੱਸਾਂ ਕੁੜੀ ਕਰਾਉਂਦਾ ਸਟ੍ਰੈਚਿੰਗ ਸਾਡੇ ਜਿਮ ਚ ਕੁੜੀਆਂ ਹੋਈਆਂ ਤੇ ਇਹਨੇ ਕਿਹਾ ਟ੍ਰੇਨਰ ਨੂੰ ਕਿ ਬਾਈ ਸਟ੍ਰੈਚਿੰਗ ਕਰਨੀ ਤੇ ਉਹਨੇ ਕਿਹਾ ਕਿ ਬਈ ਉਹ ਮੈਡਮ ਮਿਲੀ ਉਹਦੇ ਕਰਾਲਾ ਗੁਰੀ ਚਾਹ ਚਾਹ ਗੋਡਿਆ ਪਿਆ ਉਹਨੇ ਰੱਖਿਆ ਗੋਡਾ ਲੱਕ ਤੇ ਪਾਈ ਪਟਾਕੇ ਦੀ ਗੁਰੀ ਕਢਾਤੀ ਗੁਰੀ ਹੁਣੀ ਫਿਰ ਆਏ ਤੇ ਗੁਰੀ ਹੁਣੀ ਫਿਰ ਲੱਗ ਕੇ ਬੈਠੇ ਆ ਹੈ ਗੱਲ ਜੀ ਅਸਲ ਜਿਹੜਾ ਗੁਰੀ ਨੂੰ ਭੁਲੇਖਾ ਪੈਣ ਡਿਆ ਨੀ ਗੱਲ ਆਇਆ ਮੇਰਾ ਪੁੱਤ ਆਇਆ ਇੱਧਰ ਪੈਂਥਰ ਇੱਧਰ ਕੀ ਗੱਲ ਕੱਪੜੇ ਲਪੇਟਣੇ ਆਪਾਂ ਨੂੰ ਕੋਈ ਕੰਮ ਨਹੀਂ ਇਹਦੇ ਨਾਲ ਕੀ ਚੱਕਰ ਹੋਇਆ ਇਹਨੂੰ ਭੁਲੇਖਾ ਪੈਂਦਾ ਜਿੱਦਾਂ ਮੇਰੇ ਇੱਕ ਮੋਢਾ ਖਰਾਬ ਹੋ ਗਿਆ ਮੈਂ ਬਾਲੀ ਵੱਲ ਦੀ ਗੇਮ ਕਰਦਾ ਸੀ ਮੋਢਾ ਖਰਾਬ ਹੋ ਗਿਆ ਤੇ ਮੋਢਾ ਖਰਾਬ ਹੋਣ ਤੋਂ ਬਾਅਦ ਨਾ ਆਦਤ ਪਤਾ ਕੀ ਪੈ ਗਈ ਪਾਣੀ ਦਾ ਗਲਾਸ ਫੜਨਾ ਇੱਦਾਂ ਤੇ ਇੱਦਾਂ ਕਰਕੇ ਐਂ ਨਹੀਂ ਕਹਾ ਬਾ ਉਹ ਸਾਲਾ ਮੋਢਾ ਸਹੀ ਵੀ ਹੋ ਗਿਆ ਤੇ 2 ਸਾਲ ਮੈਂ ਬਾਅਦ ਚੋਂ ਐਂ ਕਰਦਾ ਰਿਹਾ ਡਾਕਣਾ ਪੈ ਜਾਏਗਾ ਆਹੋ ਨਹੀਂ ਗੁਰੂ ਜਦੋਂ ਜਿੱਦਾਂ ਖਰਾਬ ਹੋ ਜਾਂਦਾ ਤੇ ਬੜਾ ਕੰਮ ਖਰਾਬ ਹੁੰਦਾ ਮੇਰੇ ਤਾਂ ਪਤਾ ਗਿਆ ਮੈਂ ਗੇਮ ਜਦੋਂ ਕਰਦਾ ਬਾਲੀਵਾਲ ਦੀ ਤਾਂ ਹੀ ਨਾ ਮੀਆਂ ਮੈਨੂੰ ਖੇਡਣ ਦੇ ਆਦਤ ਬੜੀ ਗੰਦੀ ਹੁੰਦੀ ਸੀ ਤੇ ਕੋਚ ਸਾਹਿਬ ਨੇ ਸਾਨੂੰ ਸਭ ਕੁਝ ਪ੍ਰੈਕਟਿਸ ਕਰਾ ਦੇਣੀ ਤੁਸੀਂ ਦੁਪਹਿਰੇ ਆਪਣਾ ਨੈੱਟ ਲਾ ਕੇ ਖੇਡਦੇ ਰਹਿਣਾ
ਉਹ ਮੈਂ ਇੱਦਾਂ ਜਿੱਦੀ ਉਹਨੂੰ ਪਾਸ ਦਿੱਤਾ ਤੇ ਉਹ ਵਾਲ ਮੇਰੇ ਇੱਦਾਂ ਸਿਰ ਤੇ ਖੜਾ ਹੋ ਗਿਆ ਸਾਲਾ। ਮੈਂ ਇੱਦਾਂ ਵੇਖਣ ਡਿਆ ਤੇ ਉਹ ਜਿਹੜਾ ਮੇਰੇ ਨਾਲ ਦਾ ਵੀ ਕਮਲਾ ਇੱਦਾਂ ਵਾਲ ਬਣਾਉਣ ਡਿਆ ਤੇ ਅਰਕ ਵੱਜੀ ਸਾਲੀ ਮੋਢੇ ਦੇ ਭੈਣ ਚ ਉਹਦਾ ਅੱਗ ਵੜੀ ਹੁੰਦੀ ਸਾਲੀ ਸਰੀਰ ਦੇ ਵਿੱਚ। ਉਦੋਂ ਮੈਂ ਭੈਣ ਚ ਰੈਸਟ ਰੁਸਟ ਕੀਤੀ ਨੀ ਸਾਲੀ, ਟੈਂਡਰ ਪਾਟਾ ਹਿੰਦਾ ਉੱਦਾਂ ਖੇਡਦੇ ਖੁੜਦੇ ਰਹਿ ਗਏ। ਇੱਕ ਨਾ ਟੀਕੇ ਲਵਾ ਤੇ ਮੇਰੇ ਅੰਦਰ ਇੱਥੇ ਹੱਡੀ ਆਲੇਟਰ ਨੇ, ਉਹ ਟੀਕੇ ਏਡੇ ਪਾਵਰ ਦੇ ਕੁੜੀ ਆ, ਜਿੱਥੇ ਕਦੀ ਵਾਲ ਮਾਰੀ ਨੀ ਉੱਥੇ ਵੱਜਦੀ ਹੁੰਦੀ। ਦੋ ਹਫ਼ਤੇ ਮੈਂ ਬੜਾ ਜਲੂਸ ਕੱਢਿਆ ਉਦੋਂ ਨਾਲ ਦੇ ਬੰਦੇ ਰਹਿੰਦੇ ਸਰ ਕੀ ਖਾਂਦਾ। ਮੈਂ ਟੀਕੇ ਲੱਗੇ ਭੈਣ ਦੋ ਹਫ਼ਤੇ ਬਾਅਦ ਬਾਂਹ ਖਲੋ ਗਈ ਬਾਜੋ, ਜਦੋਂ ਉਹਦਾ ਅਸਰ ਖਤਮ ਹੋਇਆ ਉਹ ਆਇਆ ਵੀ ਲਵਾਉਣਾ ਪੈਂਦਾ, ਲਵਾਉਣਾ ਪੈਂਦਾ। ਪਰ ਉਹ ਰੈਸਟ ਕਰਨੀ ਰੈਸਟ ਕੀਤੀ ਨਾ ਫਿਰ ਖੇਡੀ ਗਏ। ਇਹੋ ਵਾਲੇ ਦਾ ਹੁੰਦਾ ਵਿਚਾਰੇ ਦਾ, ਇਹਨੂੰ ਪੈਂਦੇ ਭੁਲੇਖੇ। ਉਹ ਯਾਰ ਰਿੰਗ ਬਦਲਾ ਪਹਿਲਾਂ ਈ ਤੈਨੂੰ ਪਤਾ ਕਿੰਨੀਆਂ ਦਵਾਵਾਂ ਨਾਲ ਬਚਾਇਆ ਉਹਨਾਂ ਨੇ, ਖੜਦੇ ਤੇਰੀ ਮੈਂ ਭੱਜਣ ਪੈਂਦਾ ਹਜੇ ਨਾ ਠੀਕ ਨੀ ਸਾਲਾ। ਪਹਿਲਾਂ ਮੂਦਲਾ ਨਾ ਪੈਂਥਰ ਪੁੱਤ ਅੰਦਰ ਵੜ ਜੀ ਇਹਨੂੰ। ਨਹੀਂ ਨਹੀਂ ਇਹਨੂੰ ਪੱਕਾ ਉਹ ਕਰਨਾ, ਇਹਨੇ ਕਾਰਵਾਈ ਪਾਉਣੀ ਛੱਡ ਦੋ, ਚਿੱਕੜ ਤੇ ਵੜ ਜਾਣਾ ਇਹਨੇ। ਨਹੀਂ ਨਹੀਂ ਇਹਨੇ ਕਿੱਥੇ ਦੇਖ ਕਰਦੇ ਨੀ ਕਰਨਾ ਜਿੱਤੋਂ ਅਸੀਂ ਡਰਦੇ ਹਾਂ। ਨਹੀਂ ਭਾਈ ਦਾ ਫਿਰ ਲੈਂਦਾ ਕਰੋ ਮਾੜਾ ਮੋਟਾ ਯਾਰ, ਕੋਈ ਨੀ ਏਦਾਂ। ਬਸ ਇਹ ਕਿ ਧੋਣ ਦਾ ਇਹਦਾ ਕੰਮ ਆਪਣਾ ਕਰਾਉਣਾ ਪੈਣਾ। ਬੱਲਾ ਬੱਲਾ ਹੋ ਗਈ ਮੌਸਮ ਵਾਲੀ ਤਾਂ ਹੈ, ਮੌਸਮ ਹੋ ਗਿਆ ਉਸਮ। ਮੰਡੇ ਕੋ ਭਾਈ ਸੋਮਵਾਰ ਆਊਂਗਾ ਕੰਮ ਦੋ ਕਰਕੇ ਫਿਰ ਉਹੋ ਜਾਊਂਗਾ। ਜਿਮ ਵਾਲਾ ਬੈਗ ਕਿੱਥੇ ਮੇਰਾ? ਉੱਥੇ ਪਿਆ। ਬੰਦੇ ਹਟੇ ਦਾ ਪ੍ਰੋਗਰਾਮ ਕੈਂਸਲ ਹੀ ਲੱਗਦਾ ਮੈਨੂੰ ਚੰਡੀਗੜ੍ਹ ਜਾਣ ਦਾ। ਅੱਜ ਏਦਾਂ ਹੀ ਸਾਡੇ ਪਲੈਨ ਬਣਦੇ ਤੇ ਕੈਂਸਲ ਹੋ ਜਾਂਦੇ ਆ। ਵੇਖੋ ਕੀ ਕਰਦੇ ਆ। ਫੋਨ ਆਇਆ ਮੈਨੂੰ ਕਹਿੰਦੇ ਪਿੰਡ ਆਉਣ ਡੇ ਆ, ਕਹਿੰਦੇ ਆਪਾਂ ਨੂੰ ਰਹਿਣਾ ਪੈਣਾ। ਮੈਂ ਮੈਨੂੰ ਪਹਿਲਾਂ ਗੱਲ ਦੱਸੋ, ਕਹਿੰਦੇ ਗੱਲ ਪਿੰਡ ਆ ਕੇ ਦੱਸਦੇ ਆ। ਕਹਿੰਦੇ ਆਪਣਾ ਜਾਣ ਦਾ ਪਲੈਨ ਨਹੀਂ, ਵੇਖੋ ਕੀ ਕਰਦੇ ਆ, ਕੀ ਮਾਹੌਲ ਬਣਾਉਂਦੇ ਆ। ਮੈਂ ਤਾਂ ਜਿੰਮ ਵੀ ਨਹੀਂ ਗਿਆ ਕਿ ਚੱਲ ਚੰਡੀਗੜ੍ਹ ਜਾ ਕੇ ਲਾਵਾਂਗੇ। ਅੱਜ ਮਾਂ ਵੀ ਹੁਣੀ ਜਿੰਮ ਗਿਆ ਸੀ ਅਤੇ ਮੇਰਾ ਜਿੰਮ ਵੀ ਅੱਜ ਰਹਿ ਗਿਆ। ਜਿੰਮ ਰਹਿ ਤਾਂ ਗਿਆ, ਕੱਲ੍ਹ ਰਾਤ ਨਾ ਰਸਤੇ ਵਿੱਚ ਸਾਰੀ ਰਾਤ ਜਿਹੜੀ ਸਫ਼ਰ 'ਚ ਲੰਘੀ ਅਤੇ ਰੈਸਟ ਨਹੀਂ ਮਿਲੀ ਸਰੀਰ ਨੂੰ। ਮੈਨੂੰ ਇਹ ਹੀ, ਮੈਂ ਕਿਹਾ ਯਾਰ ਸਰੀਰ ਥੱਕਿਆ ਥੱਕਿਆ ਜਾਂ ਤਾਂ ਐਵੇਂ ਜਿੰਮ ਲਾ ਕੇ ਨਾ ਜਿਹੜਾ ਬੰਦਾ ਬਿਮਾਰ ਹੋ ਜਾਂਦਾ। ਅਤੇ ਮੈਂ ਕਿਹਾ ਕੋਈ ਨਹੀਂ, ਇੱਕ ਦਿਨ ਨਾ ਲਾਵਾਂ, ਕੋਈ ਚੱਕਰ ਨਹੀਂ, ਇਹ ਨਾਲੇ ਬੰਦਾ ਉੱਥੇ ਜਾ ਕੇ ਬਾਅਦ 'ਚ ਬਿਮਾਰ ਹੋ ਜਾਵੇ। ਸੋ ਆਪਾਂ ਜਿੰਮ ਲਾਇਆ ਨਹੀਂ ਇਸ ਚੱਕਰ ਦੇ ਵਿੱਚ। ਬਾਕੀ ਵੇਹਦੇ ਨਿਸ਼ਾਨ ਹੋਣੇ ਆਉਂਦੇ ਵੇਹਦੇ ਕੀ ਮਾਹੌਲ ਬਣਾਉਂਦੇ। ਹਾਂ ਮਾਣੋ ਆਵੇ ਪੰਗੇ ਲੈਣ ਦੀ, ਤੂੰ ਕੀ ਲੱਭਦੀ ਆ? ਕਹਿੰਦੀ ਚੂਹਾ ਚਾਹ ਕੇ ਖਾਣ ਨੂੰ ਲੱਭ ਹੀ ਜਾਵੇ। ਹੈ ਇਹ ਪ੍ਰੀਫਰ ਲੈ ਵੀ ਮਿੱਤਰਾ, ਮੀਂਹ ਹੋ ਗਿਆ ਸ਼ੁਰੂ ਹੈ, ਰੁਕਣ ਦਾ ਨਾਂ ਨਹੀਂ ਲੈਣ ਡਿਆ। ਅਤੇ ਜਿੰਨਾ ਚਿਰ ਪੈਲੀਆਂ ਦੇ ਵਿੱਚ ਪਾਣੀ ਪਹਿਆਂ ਦੇ ਉੱਤੋਂ ਦੀ ਹੁਣ ਨਹੀਂ ਹਟਦਾ, ਨਜ਼ਰ ਆਪਣੇ ਕੱਦੂ ਵਾਲੇ ਬਲੋਗ ਨਹੀਂ ਆਉਣੇ। ਰੱਬ ਅੱਗੇ ਕਰੋ ਅਰਦਾਸ ਬੇਨਤੀ ਕਿ ਮੀਂਹ ਅੱਡੇ ਝੋਨਿਆਂ ਦੀ ਬਹੁਤ ਜ਼ਿਆਦਾ ਡੰਡ ਠੰਡੀ ਹੈ, ਬਹੁਤ ਜ਼ਿਆਦਾ। ਜਿਹਨੂੰ ਕਹਿੰਦੇ ਨਾ ਆਪਾਂ ਜਿਹੜੇ ਬੂਟਾ ਮਾਰ ਕੇ ਉਹਦੇ ਵੱਜ ਜਾਣਗੇ, ਪਰ ਜਿਹੜੇ ਵਿਚਾਰੇ ਲੱਗੇ ਜੇ ਹਫ਼ਤਾ ਹਫ਼ਤਾ ਉਹਨੇ ਆਇਆ, ਉਹਨਾਂ ਦੀ ਧੀ ਭੈਣ ਇੱਕ ਹੋ ਗਈ ਵਿਚਾਰਿਆਂ ਦੀ, ਅਤੇ ਫਿਰ ਆਵੇ ਮੀਂਹ ਦੀ ਪੂਰੀ ਪੂਰੀ ਸੰਭਾਵਨਾ। ਲਾ ਲਓ ਸਾਲ ਦੀਆਂ ਛਿੱਟਾਂ ਦੇਖਦੀਆਂ ਉਹ ਲਾਈਟ ਦੇ ਅਗਲੇ ਪਾਸੇ ਥਾਂ ਡਿੱਗਦੀਆਂ। ਮੈਨੂੰ ਲੱਗਦਾ ਨਿਸ਼ਾਨ ਹੋਣੀ ਆ ਗਏ ਆ, ਫਿਰ ਰਾਤ ਨਹੀਂ ਸੌਣ ਦਿੰਦੇ ਮੈਨੂੰ ਲੱਗਦਾ। ਨਿਸ਼ਾਨ ਆਇਆ ਜਾਂ ਮਾਂ ਵੀਰ ਹੋਣੀ ਆਏ ਹੋਣਗੇ ਮੇਰੇ ਹਿਸਾਬ ਨਾਲ, ਦੋਵੇਂ 'ਚ ਇੱਕ ਬੰਦੇ ਆ। ਇਹ ਵੀ ਮਿੱਤਰਾ ਗੁਰੀ ਵੀਰ ਹੋਣੀ ਲਾਏ ਜਿੰਮ ਲਾਇਆ ਜੀ ਕਿ ਨਹੀਂ? ਮਾੜਾ ਮੋਟਾ ਰੋਜ਼ ਆਏ, ਦੋ ਚਾਰ ਦਿਨ ਕੋਈ ਫਰਕ ਨਹੀਂ ਪੈਣ ਲੱਗਾ। ਠੀਕ ਮਾਰ ਤਾਂ ਬੂਹਾ ਮਾੜਾ ਆ। ਆਹ ਸਾਲੇ ਕੁੱਤੇ ਨਾਲ ਬਿੱਲੀ ਨੂੜਾ ਪੈਂਦੇ ਆ, ਇਹ ਫੜਕਾਉਣੇ ਪੈਣੇ ਮੈਨੂੰ ਲੱਗਦਾ। ਸ਼ਿਕਾਰੀ ਆਉਣ ਦਾ ਕਾਰਨ ਰਹੇ, ਰੋਟੀ ਪਾ ਦਿੰਦੇ ਨਾ ਆਪਾਂ, ਹੋਰ ਕੱਲ੍ਹ ਇਹਨਾਂ ਨੇ ਆਉਣਾ। ਬੂਹਾ ਮਾਰ ਦਿਉ ਮਾੜਾ ਜਿਹਾ, ਇਹ ਨਾ ਮੇਰੀ ਬਿੱਲੀ ਫੈਂਟ ਦੇਣ। ਇਹ ਚੂਹਿਆਂ ਦੇ ਵਾਲੇ ਬੈਠੀ ਇੱਧਰ ਵੇ, ਇਹ ਸ਼ਿਕਾਰ 'ਤੇ ਹੀ
ਬਸ ਸ਼ਿਕਾਰੀ ਦੇ ਹੱਥ ਚ ਆਇਆ ਤੇ ਸ਼ਿਕਾਰ ਤੇ ਫਿਰ ਇਹ ਖਾਂਦੀ ਹੈ ਕਿ ਮਾਰ ਕੇ ਸੁੱਟ ਦਿੰਦੀ ਹੈ ਖਾਂਦੀ ਨਹੀਂ ਨਾ ਉਹ ਬਸ ਫਿਰ ਅੰਦਰ ਇਹਨੇ ਮਾਰ ਕੇ ਸੁੱਟਿਆ ਫਿਰ ਉਹ ਜਿੱਥੇ ਆਪਣਾ ਕਮਰੇ ਨਹੀਂ ਪੈਣ ਦੇ ਖੇਡੀ ਜਾਂਦੀ ਪੰਜੇ ਨਾਲ ਦੱਬ ਲੈਂਦੀ ਬਸ 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 ਉੱਥੇ ਛੱਡਦੀ ਫਿਰ ਭੱਜਦੀ ਫੇਰ ਦੱਬ ਲੈਂਦੀ ਇਹਨੇ ਮਾਰ ਕੇ ਸੁੱਟਿਆ ਉੱਥੇ ਇੱਕ ਅੱਧਾ ਹੈਂ ਕਿਹਦੀ ਕਾਹਦੀ ਕੋਈ ਨੀ ਮੈਂ ਸਿਰੇ ਚੱਲ ਜਾਊਂਗਾ ਟੈਨਸ਼ਨ ਲੈਣਾ ਮੈਂ ਤਾਂ ਕੰਮ ਲਈ ਜਾਣਾ ਸਾਲਿਆ ਫਨ ਲਈ ਨੀ ਮੈਨੂੰ ਲੱਗਿਆ ਕੁੱਤਾ ਆ ਗਿਆ ਪਰਛਾਵੇ ਦੇ ਨਾਲ ਗੋਲੀ ਹੋਏ ਲੱਗੇ ਤਿੰਨੇ ਜਣੇ ਗਾੜੀ ਧੰਨਵਾਦ ਤੁਹਾਡਾ ਬਹੁਤ ਬਹੁਤ ਟਾਈਮ ਸਿਰ ਆ ਗਿਆ ਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਕੁੰਡਾ ਮਾਰ ਦੋਗੇ ਮਹਾਂਵੀਰ ਧੰਨਵਾਦ ਦੀ ਗੱਲ ਹੈ ਅੱਜ ਦੱਸੀ ਹੁਣ ਦੱਸੀ ਤੂੰ ਅੱਛਾ ਬੰਦੇ ਡਰਾਤੇ ਬਹੁਤ ਬਹੁਤ ਧੰਨਵਾਦ ਬੰਦੇ ਡਰਾਤੇ ਆਵਾਜ਼ ਮੇਰੀ ਡੱਡੂਆਂ ਦੀ ਧਿਆਨ ਨਾ ਸੁਣ ਤੇਰੇ ਕਿੰਨੀ ਡਰਾਉਣੀ ਜਿਹੀ ਲੱਗਦੀ ਹੈ ਨਾ ਕੀ ਬਣਾਉਣਾ ਸ਼ੇਕ ਸ਼ੇਕ ਪੀਵਾਂਗੇ ਹੁਣ ਹੈ ਪੈਂਥਰ ਨੂੰ ਖੜਨਾ ਸਰੇ ਇੱਕ ਪੈਂਥਰ ਨੂੰ ਖੜਨਾ ਸਰੇ ਇੱਕ ਦਿਨ ਛੱਡ ਕੇ ਖੜਨਾ ਨੜ ਕਹਿੰਦੇ ਇੱਕ ਦਿਨ ਛੱਡ ਕੇ ਖੜਨਾ ਅੱਛਾ ਬਸ ਠੀਕ ਆ ਕੁੱਤੇ ਵਾਹ ਬੈਠੇ ਨਾ ਪੈਦਾ ਲੱਗਦਾ ਹੈਂ ਕਿੱਥੇ ਇਹ ਗਰੁੱਪ ਹੀ ਆਏ ਦੋ ਦਿਨ ਲੱਗਦਾ ਮੈਨੂੰ ਹੈਨਾ ਚੱਲ ਡਰ ਕੇ ਭਰਾ ਗਏ ਸਰਪੰਚ ਲਾ ਟੇਪ ਹੁਣ ਹਾਂ ਪੈਂਤ ਸਰਪੰਚ ਦਾ ਮੂੰਹ ਵੇਣ ਉਹ ਟੇਪ ਵਾਲਾ ਪੈਂਤਰ ਲਾ ਆ ਲੱਗ ਗਿਆ ਤੂੰ ਸਰਪੰਚ ਨੇ ਸਾਰਾ ਬੜਾ ਸਤਾਇਆ ਹੁਣ ਮੇਰੇ ਕਹਿਣੀ ਉਹ ਸੀਨ ਆਈ ਡਿੱਗਾ ਹੁਣ ਪੈਂਥਰ ਪੈਂਥਰ ਬੁੱਤ ਕੀ ਗੱਲ ਹੋਈ ਆ ਓਏ ਪੈਂਥਰ ਇੱਧਰ ਹੀ ਪੈਂਥਰ ਉਹਨੇ ਸਾਰੇ ਬੰਦੇ ਟਰਾਏ ਸਾਰੇ ਨਹੀਂ ਨਹੀਂ ਉਹਨੂੰ ਭੁਲੇਖਾ ਪੈਂਦਾ ਹੁਣ ਤਾਂ ਹੁੰਦਾ ਕਰਨ ਦਾ ਸਹੀ ਹੋ ਗਿਆ ਬੂਹਾ ਮਾਰਦੇ ਮਾੜਾ ਜਿਹਾ ਉਹ ਭਲਾਣ ਉਧਰੇ ਉਹ ਬਹੁਤ ਜਵਾਨ ਹੋਇਆ ਨਾ ਹੁਣ ਪ੍ਰਧਾਨ ਇਹ ਪ੍ਰਧਾਨ ਨਹੀਂ ਪ੍ਰਧਾਨ ਤੇ ਬਹੁਤ ਜਵਾਨ ਹੋਇਆ ਨਾ ਹੁਣ ਮਿੱਤਰ ਦਾ ਕਹਿੰਦੇ ਕੌਣ ਆ ਗਿਆ ਕਹਿੰਦੇ ਨਿਸਨ ਖੈਰਾ ਆ ਗਿਆ ਕਿੱਥੇ ਰਹਿ ਗਿਆ ਗੁਰਾ ਸਵੇਰ ਦਾ ਮੈਂ ਡੀਗ ਡੀਗ ਤੈਨੂੰ ਕਮਲ ਆ ਗਿਆ ਪੈਣਾ ਹੀ ਪੈਣਾ ਇਹ ਧਿਆਨ ਥੋੜਾ ਜਿਹਾ ਹੋਇਆ ਇਹਨੂੰ ਕੁਝ ਨਹੀਂ ਇਹਨੂੰ ਕੁਝ ਨਾ ਕੁਝ ਹੋ ਗਿਆ ਪੈਂਦਾ ਸੱਚੀ ਪੈਣ ਡਿਆ ਇਹ ਉਹਨੂੰ ਲੈ ਕੇ ਨਹੀਂ ਆ ਜਿਹੜਾ ਪੱਕਾ ਪਿੰਡ ਇਹਨੇ ਪਰਾਂ ਕਰਦੇ ਪੈਂਥਰ ਨੂੰ ਖੋਲਦੇ ਪੱਟੀ ਖੋਲਦੇ ਨਹੀਂ ਸਾਲਾ ਮਾਰਸ ਕਿੱਦਾਂ ਆਇਆ ਗੋਲੀ ਗੁਰੀ ਆਹ ਤੇ ਬਾਲਾ ਉਤਰਾ ਨਿਕਲਣਾ ਆ ਜਿਹੜਾ ਹਾਂ ਇੱਧਰ ਉੱਤੇ ਆਇਆ ਤੂੰ ਪੈਂਦਰ ਕੀ ਹੈ ਪੁੱਤ ਕੀ ਗੱਲ ਹੋ ਗਈ ਕੀ ਕਹਿੰਦੇ
ਹੈ ਓਏ ਉਹ ਪੈਦਰ ਚੱਪਲਾਂ ਚੱਪਲਾਂ ਵਾਲੀ ਮੈਂ ਤਾਂ ਮੇਰੀਆਂ ਮਾੜੀ ਆ ਚੱਪਲਾਂ ਵਾਲੀ ਕਰਨੀ ਸੀ ਇਹ ਲੋਕ ਹੀ ਨਹੀਂ ਨੇ ਨਾ ਖੜ ਚਾਹੁੰਦਾ ਕੀ ਪੁੱਛੇ ਸਹੀ ਇਹਨੂੰ ਨਾ ਬਹਿਣ ਦਾ ਇਹ ਤੋਂ ਵੀ ਨਹੀਂ ਚੱਲਦਾ ਹੁਣ ਤਾਂ ਹੁਣ ਉਹ ਅੱਧਾ ਮੈਨੂੰ ਪਤਾ ਲੱਗਦਾ ਮਾਰਕੀਟ ਵਿੱਚ ਚੱਪਲਾਂ ਹੋਣ ਨਹੀਂ ਖਾਂਦਾ चलो भाई चंडीगढ़ को चले ऐसे प्लान बनते हैं हमारे ऐसे ऐसे प्लान बनते हैं और ऐसे हम निकल जाते हैं ऐसे हम पहुंच जाएंगे 11:30 to 12:30 दो बजे पहुंचा दूं इन्हें मैं ड्राइवर ढिलो होनी है देखिए गड्डी कदम जाती है छूक मारती 11:30 to 12:30 पहुँचा दूंगा 2.5 घंटे क्योंकि ज्यादा जिन्हें गड्डी पहुँचानी यू नो ता करके चंगा भाई मिलते हैं 10 तारीख को 9 को रात को मिलते हैं भाई ओके बाय बाय लव यू गुड नाइट स्वीट ड्रीम्स See you in 2 hours, Chandigarh. Okay, done. Done. यार वेखलो करना आ गया साढ़े क्या चलो अभी तो डेढ़ बजे चाहिए थे। मित्रा बंदे लड़ पे इधर कैसे कुछ बड़ा मारते नहीं दस ठीक है ले। नहीं वो बंदा बंदे वाली गाल करे। पांच दस यार गाल क्यों नहीं मंदा मंडे दी। ले सोता तो कहते ना पे दस उठता। होने तो उठ पे ना वहाँ। मित्रा कहते कितने पहुंच गए कहते एक बज गया डेढ़ बजे अंदर टारगेट मिथ्या आप मिथ्या मैं इतने आया कहना मैगी वाली जगह से पहुंचा जिते उधर मैगी खाधी आ जा भाई निशान है मैं निशान तो फिर कुकर लैन चल गए तो इन्हें टाइम खराब करने मेरा मित्रा काफी कुछ ले आया मुंडा तो टाइम पास होता जाऊगा पर डेढ़ बजे तो ही मैगी वाली दुकान से हो गए मैं अगर ना वादा ही तो वादा मेरा तुम पूरा कर दूंगा पूरे डेढ़ बजे तक मैं उसे दुकान से ला दू मैगी वाली तो चल भाई अभी मित्रा डेढ़ बजे तो पहला पहुंचाता जे 5 मिनट पै जाए जे भी लाना भी चेक करो बड़ा तेरा टोका निशान तेरा पांच तेरी नहीं आई तू कहना मिर्च बड़ी तेन दी सब लास्ट बना जो तरीला ठंडा नहीं है मित्रा ਬਾਬਾ ਧੰਨਵਾਦ ਟਾਡਾ ਮੈਗੀ ਖਾ ਕੇ ਚਾਹ ਪੀ ਕੇ ਚੱਲੇ ਮੁੰਡੇ ਫਲੈਟ ਨੂੰ ਜਾ ਕੇ ਫਿਰ ਸੌਣ ਦੀ ਕੋਈ ਸੰਭਾਵਨਾ ਨਹੀਂ ਆ ਜਗਰਾਤਾ ਕਰਨ ਡੇ ਅੱਜ ਰਾਤ ਇੱਦਾਂ ਚੱਲਣਾ ਕੰਮ ਇਹ ਸੌਣ ਦੀ ਕੋਈ ਸੰਭਾਵਨਾ ਨਹੀਂ ਸੌਣ ਮੈਂ ਦੇਣੇ ਨਹੀਂ ਆ ਇਹਦਾ ਜਗਾ ਜਗਾ ਰੱਖੋ ਉਹਨਾਂ ਨੂੰ ਵੇਖੀ ਅਬੇ ਮਿੱਤਰਾ ਖਰੜ ਪਹੁੰਚ ਚੁੱਕੇ ਆ ਮੁੰਡੇ 10 ਮਿੰਟਾਂ 'ਚ ਫਲੈਟ 'ਚ ਪਹੁੰਚ ਜਾਂਦੇ ਫਲੈਟ ਜਾਂਦੇ ਹੀ ਆਪਾਂ ਲੇਟੀਆਂ ਮਾਰਨੀਆਂ ਜੇ ਬਹੁਤ ਜ਼ਿਆਦਾ ਥੱਕ ਚੁੱਕੇ 2 ਦਿਨ ਹੋ ਗਏ ਨੀਂਦ ਨਹੀਂ ਪੂਰੀ ਹੋਈ ਸਵੇਰੇ ਆਪਾਂ ਨੂੰ ਨਾ ਕੋਈ 12 ਵਜੇ ਤੱਕ ਠਾਏ ਆਪਾਂ ਦੇ ਨਜ਼ਾਰੇ ਲੈਣੇ ਸਵੇਰੇ 12 ਵਜੇ ਤੱਕ ਪੂਰੀ ਨੀਂਦ ਪੂਰੀ ਕਰਨੀ ਹੈ ਉਹਦੇ ਲਈ ਵੇਖਣ ਡਿਆ ਉਹਨੇ ਵੀ ਲੇਟ ਉੱਠਣਾ ਵਾ ਨਹੀਂ ਹਾਂ ਮੈਂ ਕਿਹਾ ਥੋੜਾ 15-20 ਮਿੰਟ ਪਹਿਲਾਂ ਪਿੱਛੇ ਕਹਿੰਦੇ ਆਪਾਂ ਸੌਣਾ ਨਹੀਂ ਨਾ ਕਿਸੇ ਨੂੰ ਸੌਣ ਦੇਣਾ ਨਹੀਂ ਨਹੀਂ ਉਹ ਗੱਲ ਵੱਖਰੀ ਮੈਗੀ ਖਵਾਤੀ ਨਾ ਮੈਨੂੰ ਤੁਸੀਂ ਤਾਂ ਕਰਕੇ ਬਖਸ਼ਤੇ ਬੰਦੇ ਮੈਂ ਚਾਹ ਪਿਆ ਤੇ ਨਿਸ਼ਾਨ ਨਹੀਂ ਤੇ ਸੌਂਦੇ ਤੇਰਾ ਬੜਾ ਅੱਜ ਆਪਣੋ ਇਹੋ ਜੋੜੇ ਮਿਲਣ ਲੱਗਣਾ ਆਪਣੀ ਲੈਂਚ ਜਾਓ ਪਾਉ ਸਾਡੀ ਲੈਂਚ ਕੀ ਹੈ ਤੁਹਾਨੂੰ ਸਾਡੀ ਲੈਂਚ ਜ਼ਿਆਦਾ ਪਸੰਦ ਆ ਹੈ ਮਿੱਤਰੋ ਹੋਈ ਸਮਾਂ ਸਵੇਰ ਕਿਹੜੇ ਕਿ ਲੈ ਜਾਂਗੇ ਨੀਂਦ ਬੜੀ ਆਉਣ ਡੀ ਹੁਣ ਆ ਗੜੀ ਸੇੜ ਤੋਂ ਨਿਕਲੀ ਗਈ ਬਸ ਸੱਚੀ ਮਿੱਤਰੋ ਬੜੀ ਨੀਂਦ ਆਉਣ ਡੀ ਗੁਰੂ ਟਾਈਮ ਵੇਖੋ ਇੱਧਰ 3:30 ਲੱਗੇ ਆ ਅਬੇ ਮਿੱਤਰ ਪਹੁੰਚ ਗਏ ਮੁੰਡੇ ਜੀ ਵਾਪਸ ਐਸੇ ਟਾਈਮ ਤੇ ਗਏ ਸੀ ਐਸੇ ਟਾਈਮ ਤੇ ਵਾਪਸ ਆਏ ਕਿੰਨੇ 3:00 ਲੱਗੇ ਮਿੱਤਰੋ 3:30 ਵਾਪਸ ਆਏ ਕੰਨੂ ਕਦੇ ਕਰਾਈ ਜਾਂਦੇ ਕੀ ਪਤਾ ਇਹ ਸਮਾਨ ਆਪਣਾ ਲੈ ਕੇ ਨਹੀਂ ਆਏ ਸਵੇਰੇ ਚੱਕ ਰਹੇ ਹੋਗੇ ਹੁਣ ਤੇ ਵੀ ਬੂਟ ਘਰੇ ਰਹਿ ਗਏ ਨੇ ਹੁਣ ਜਾ ਕੇ ਸੌਂ ਗਏ ਗੱਡੇ ਨਹੀਂ ਗੱਡੇ ਤੋਂ ਉਦਾਂ ਹੀ ਆ ਗਏ ਆਂਦੇ ਇਦਾਂ ਹੀ ਗਿਆ ਕਸ਼ੇ ਨਾਲ ਗਿਆ ਸੀ ਪਜਾਮਾ ਆਇਆ ਕਰੋ ਇੱਕ ਸਿਰਫ ਪਜਾਮਾ ਆਇਆ ਸਬੂਤ ਕਰੋ ਇੱਕ ਬਾਕੀ ਤੇ ਠੀਕ ਆ ਓਕੇ ਰਿਪੋਰਟ ਚਲੋ ਬਈ ਇੱਧਰ ਇੱਧਰ ਉੱਠ ਨੋਡੀ ਕਿੱਥੇ ਨੋ ਜੀ ਬੜਾ ਫੋਟ ਨਹੀਂ ਨਾ ਨਾ ਮੇਰਾ ਪਾਸਾ ਹੀ ਆਪਣੀ ਥਾਂ ਹੈ ਤੇ ਲੋ ਵੀ ਸੁਣਾਂਗਾ ਨਾ ਉਹ ਤੇਰਾ ਤਰਲਾ ਤੇਰਾ ਤਰਲਾ ਤਾਲੇ ਨਾਲ ਮੈਂ ਪੈਰ ਸੁਦਾ ਦੇਣਾ ਪੈਰ ਸੱਜ ਕਿੱਧਰ ਗਿਆ ਪੈਰ ਤੇ ਗੁਰੀ ਪੈ ਗਿਆ ਨਹੀਂ ਨਹੀਂ ਐ ਨਹੀਂ ਬਸ ਉੱਥੇ ਪਿੱਛੇ ਆ ਚੱਲ ਭਰਾ ਨਹੀਂ ਨਹੀਂ ਆ ਥਾ ਮੇਰੀ ਆ ਚੱਲ ਹੁਣ ਚ ਬੈਠਾ ਹੋਇਆ ਫਾਇਦਾ ਕਿ ਨਾ ਕਰੀ ਜਾਓ ਯਾਰ ਲੈ ਇੰਜੋਏ
ਤੇ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਭਰਾ ਨਵੇਂ ਆਪਣੇ ਚੈਨਲ ਤੇ ਆਏ ਆ ਉਹ ਸਬਸਕ੍ਰਾਈਬ ਕਰ ਲਓ ਕਿਉਂਕਿ ਸਬਸਕ੍ਰਿਪਸ਼ਨ ਬਿਲਕੁਲ ਫਰੀ ਆ ਠੀਕ ਹੈ ਫਰੀ ਆ ਉਹ ਕੋਸਟ ਆ ਠੀਕ ਹੈ ਇਹ ਕੰਮ ਕਰਕੇ ਰੱਖੋ ਕਿਉਂਕਿ ਜ਼ਿਆਦਾਤਰ ਭਰਾ ਆਪਣੇ ਜਿਹੜੇ ਨੌਨ ਸਬਸਕ੍ਰਾਈਬਰ ਆ ਉਹੀ ਵਲੌਗ ਵੇਖੀ ਜਾਂਦੇ ਸਬਸਕ੍ਰਾਈਬਰ ਘੱਟ ਆ ਉਹਦਾ ਕਾਰਨ ਕੀ ਹੈ ਕਿ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਵਲੌਗ ਤੁਸੀਂ ਵੇਖ ਲੈਂਦੇ ਜੇ ਕੋਈ ਚੀਜ਼ ਚੰਗੀ ਲੱਗੀ ਹੁੰਦੀ ਆ ਨੂੰ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਜੇ ਤੁਸੀਂ 10 ਮਿੰਟ ਹੱਸ ਖੇਡ ਲਿਆ ਕੋਈ ਹੋਰ ਵੀ ਭਰਾ ਆਪਣਾ ਹੱਸ ਖੇਡ ਲਵੇ ਠੀਕ ਆ ਬਾਕੀ ਇੱਧਰੋਂ ਜਦੋਂ ਗੇੜਾ ਮਾਰ ਲਿਆ ਵਿਹਲੇ ਹੋ ਗਏ ਪਤਾ ਟਾਈਮ ਪਾਸ ਨਹੀਂ ਹੁੰਦਾ ਟਾਈਮ ਪਾਸ ਕਰਨ ਨੂੰ ਆਪਾਂ ਤੁਹਾਡੇ ਦੋ ਤਿੰਨ ਚੀਜ਼ਾਂ ਹੋਰ ਰੱਖੀਆਂ ਇੰਸਟਾਗ੍ਰਾਮ ਸਨੈਪਚੈਟ ਉੱਥੇ ਵੀ ਗੇੜਾ ਮਾਰ ਕੇ ਉਹ ਘੈਂਟ ਘੈਂਟ ਚੀਜ਼ਾਂ ਪਾ ਛੱਡੀਆਂ ਘੈਂਟ ਘੈਂਟ ਕੰਟੈਂਟ ਉੱਥੇ ਵੀ ਰੋਜ਼ ਪਾਉਂਦੇ ਹੀ ਰਹੀਦਾ ਸੋ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ